ਸਲਾਮ ਅਲੈਕੁਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਚਾਚੇ ਰਾਓ ਦੀ ਆੜਤ 'ਤੇ ਮਾਸ਼ਾਅੱਲਾ ਜੀ, ਆਹ ਬਾਰਦਾਨਾ ਭਰਿਆ ਪਿਆ। ਇੱਕ ਢਿੱਡੀ ਆ ਪਈ, ਇੱਕ ਢਿੱਡੀ 'ਤੇ ਆ ਲਾਈਵ ਬੋਲੀ ਹੁੰਦੀ ਪਈ ਆ। ਆਹ ਚੈੱਕ ਕਰੋ ਜ਼ਰਾ, ਕਹਿੰਦੇ ਜੀ ਕਿਲੋ ਕਾਟ ਲੈਣੀ ਆ। ਚਾਚਾ ਰਾਓ ਕਹਿੰਦਾ ਜ਼ਿਮੀਦਾਰ ਅੱਗੇ ਮੰਡੀ ਕਣਕ ਨਹੀਂ ਲੈ ਕੇ ਆ ਰਿਹਾ ਤੁਸੀਂ। ਆਹ ਚੈੱਕ ਕਰੋ, ਚਾਚਾ ਰਾਓ ਕਹਿੰਦਾ ਜ਼ਿਮੀਦਾਰ ਅੱਗੇ ਕਣਕ ਨਹੀਂ ਲੈ ਕੇ ਰਿਹਾ, ਮਿਹਰਬਾਨੀ ਕਰੋ ਅੱਧਾ ਕਿਲੋ ਕਾਟ ਰੱਖੋ। ਆਹ ਚੈੱਕ ਕਰੋ ਜ਼ਰਾ, ਲਓ ਜੀ ਆਹ ਚਾਚਾ ਰਾਓ ਹੱਥ ਲੈ ਰਿਹਾ। ਦੇਖੋ ਜੀ ਕਿਹੜੇ ਰੇਟ 'ਤੇ ਵਿਕਦੀ ਹੈ ਕਣਕ, ਜ਼ਰਾ ਥੋੜ੍ਹੀ ਜਿਹੀ ਹਲਕੀ ਆ, ਮਿੱਟੀ ਵੀ ਆ, ਵਿੱਚ ਕਚਰਾ ਵੀ ਆ, ਬਾਕੀ ਦਾਣੇ ਵੀ ਮਾੜੇ ਮੋਟੇ ਮਾਠੇ ਹੀ ਆ। ਇਹ ਵੇਖਦੇ ਜੀ ਕਿਹੜੇ ਰੇਟ 'ਤੇ ਵਿਕਦੀ ਅੱਜ। ਲਓ ਜੀ ਭਲਵਾਨ ਦੇ 11 ਰੁਪਏ ਹੋਰ ਪੈ ਗਏ ਵਿੱਚ। ਧੋਤੇ ਨੇ ਤੁਹਾਡੇ ਆਪਣੇ ਦਿਲਾ ਪਿੱਛੇ ਨਾ ਭਰ ਲਵੇ ਕਿਤੇ, ਭਰਦੀ ਪਈ ਹੈ ਵਿੱਚ ਹੀ। ਸੌਦੇ ਲਵੋ। ਅੱਛਾ ਅੱਛਾ, ਕਹਿੰਦਾ ਸੌਦੇ ਲਵੋ, ਟਸ਼ਨਬਾਜ਼ੀ ਨਾ ਕਰੋ। ਲਓ ਜੀ ਪਵਾ ਲਓ ਜਾਂ ਪਾ ਲਵੋ। ਚਾਚੇ ਰਾਓ ਨੇ ਚੰਗੀ ਬਹਿਸ ਬੂਸ ਕਰਕੇ 2900 ਤੇ 2800 ਰੁਪਏ ਵਿਕਾ ਦਿੱਤੀ ਜੀ ਆ ਕਣਕ। ਮਾਸ਼ਾਅੱਲਾ ਨਹੀਂ ਵਿਕਦੀ, ਉਹ ਕਹਿੰਦੇ ਵੇਚਣੀ ਨੀ। ਚਲੋ ਜੀ ਅੱਲਾ ਖੈਰ ਕਰੇ, 2900 ਰੁਪਏ ਰੇਟ ਲੱਗਾ। ਇੱਧਰ ਆ ਗਏ ਜੀ, ਹੁਣ ਇੱਧਰ ਦਿਖਾਉਂਦੇ ਤੁਹਾਡੇ ਇਲਾਕੇ 'ਚ ਕੀ ਰੇਟ ਆ, ਸਾਨੂੰ ਕਮੈਂਟ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।